ਓਏ ਚੋਰੀ ਦਾ ਮਾਲ ਤਾਂ ਕਢਵਾ ਰਹੇ ਆ ਮਾਰੇ ਨੂੰ ਜਨਾਬ ਇਹਨੇ ਮੇਰੀ ਚੋਰੀ ਨਹੀਂ ਕੀਤੀ ਓਏ ਤੂੰ ਇਹਦੀ ਹਾਮੀ ਕਿਵੇਂ ਭਰ ਸਕਦਾ ਓਏ ਦੁਲਿਆ ਪਾਸ ਆ ਇਹਨੂੰ ਵੀ ਲੰਬਾ ਜਨਾਬ ਮੈਨੂੰ ਲੰਬਾ ਨਾ ਪਾਇਓ ਮੈਂ ਤੇ ਅੱਗੇ ਲੁੱਟਿਆ ਗਿਆ ਓਏ ਲੁੱਟਿਆ ਮਾਲ ਤਾਂ ਕਢਵਾ ਰਹੇ ਆ ਮਾਰੇ ਨੂੰ ਤੇਰਾ ਕੀ ਲੁੱਟਿਆ ਗਿਆ ਓਏ ਕੀ ਚੋਰੀ ਹੋਇਆ ਜਨਾਬ ਮੇਰੀ ਸ਼ਾਂਤੀ ਚੋਰੀ ਹੋ ਗਈ ਹੈ ਸ਼ਾਂਤੀ ਚੋਰੀ ਹੋ ਗਈ ਹੈ ਓ ਠਹਿਰੋ ਦੁਲਿਆ ਇਹ ਕੋਈ ਦਿਲਚਸਪ ਕੇਸ ਲੱਗਦਾ ਹੈ ਉਹ ਵੀ ਕਿਸੇ ਸ਼ਾਂਤੀ ਦਾ ਗੱਲ ਸੁਣੋ ਓਏ ਤੂੰ ਸਾਲਿਆ ਉਹਨੂੰ ਕੁੱਟਿਆ ਮਾਰਿਆ ਤਾਂ ਨਹੀਂ ਨਹੀਂ ਜਨਾਬ ਮੈਂ ਤੇ ਉਹਨੂੰ ਪਿਆਰ ਹੀ ਬੜਾ ਕਰਦਾ ਸੀ ਪਿਆਰ ਹੀ ਬੜਾ ਕਰਦਾ ਸੀ ਓਏ ਜ਼ਰੂਰ ਸਾਲਿਆ ਤਾਂ ਓਏ ਪੇਕਿਆਂ ਨੂੰ ਬੁਰਾ ਭਲਾ ਕਿਹਾ ਉਹ ਫਿਰ ਜਨਾਬ ਉਹਦੇ ਪੇਕੇ ਨਹੀਂ ਸਨ ਉਹਦੇ ਪੇਕੇ ਨਹੀਂ ਸਨ ਮਾਰ ਇਹਨੂੰ ਓਏ ਫਿਰ ਉਹ ਨੱਸੀ ਕਿਉਂ ਜਨਾਬ ਉਹ ਨੱਸੀ ਨਹੀਂ ਉੱਥੇ ਚੋਰੀ ਹੋਈ ਹੈ ਚੋਰੀ ਹੋਈ ਏ ਮਾਰ ਇਹਨੂੰ ਓਏ ਤੀਵੀਆਂ ਹਮੇਸ਼ਾ ਨੱਸਦੀਆਂ ਨੇ ਮਰਦ ਸਮਝਦੇ ਨੇ ਕਿ ਉਹ ਚੋਰੀ ਹੋ ਗਈਆਂ ਨੇ ਮਾਰ ਇਹਨੂੰ ਜਨਾਬ ਉਹ ਤੀਵੀਂ ਨਹੀਂ ਸੀ ਤੀਵੀਂ ਨਹੀਂ ਸੀ ਓਏ ਤੀਵੀਂ ਨਹੀਂ ਤਾਂ ਫਿਰ ਨਾਰ ਹੋਣੀ ਹੈ ਖੁੜੀ ਨਹੀਂ ਤਾਂ ਮੁਟਿਆਰ ਹੋਣੀ ਹੈ ਮਾਰ ਇਹਨੂੰ ਤੈਨੂੰ ਕਿਸੇ ਤੇ ਸ਼ੱਕ ਆ ਓਏ ਜਨਾਬ ਮੈਨੂੰ ਵੱਡੇ ਬੰਦਿਆਂ ਤੇ ਸ਼ੱਕ ਹੈ ਅੱਛਾ ਤਾਂ ਤੈਨੂੰ ਵੱਡੇ ਬੰਦਿਆਂ ਤੇ ਸ਼ੱਕ ਹੈ ਓਏ ਵੱਡੇ ਬੰਦਿਆਂ ਨੇ ਕੀ ਤੇਰੀ ਸ਼ਾਂਤੀ ਨੂੰ ਸਾਰਾ ਸਿਰ ਚ ਮਾਰਨਾ ਉਹਨਾਂ ਕੋਲ ਤਾਂ ਪਹਿਲਾਂ ਹੀ ਚੰਡੀਗੜ੍ਹ ਦਿੱਲੀ ਚ ਬੜੀਆਂ ਸੋਹਣੀਆਂ ਸੋਹਣੀਆਂ ਸ਼ਾਂਤੀਆਂ ਨੇ ਮਾਰ ਇਹਨੂੰ ਜਨਾਬ ਤੁਸੀਂ ਗਲਤ ਸਮਝਦੇ ਪਏ ਹੋ ਓਏ ਨਾ ਵੱਡੇ ਬੰਦਿਆਂ ਦੀਆਂ ਕਾਲੀਆਂ ਕਰਤੂਤਾਂ ਤੇ ਪਰਦਾ ਪਾਉਂਦਿਆਂ ਅਸੀਂ ਆਪ ਕਾਲੇ ਹੋ ਗਏ ਆ ਸਾਰੇ 70-70 ਸਾਲ ਦੇ ਹੋ ਗਏ ਨੇ ਹਾਲੇ ਵੀ ਸ਼ਾਂਤੀਆਂ ਪਿੱਛੇ ਲਾਲਾ ਟਪਕਾਉਂਦੇ ਨੇ ਤੇ ਤੂੰ ਸਾਰਾ ਕਹਿਣਾ ਅਸੀਂ ਗਲਤ ਸਮਝਿਆ ਓਏ ਦੁੱਲਿਆ ਪਾ ਇਹਨੂੰ ਵੀ ਲੰਬਾ ਸਾਰੇ ਨੂੰ ਜਨਾਬ ਇਹ ਉਹ ਸ਼ਾਂਤੀ ਨਹੀਂ ਓਏ ਫਿਰ ਹੋਰ ਕਿਹੜੀ ਸ਼ਾਂਤੀ ਹੈ ਇਹ ਮੇਰੀ ਦਿਲ ਦੀ ਸ਼ਾਂਤੀ ਹੈ ਅੱਛਾ ਦਿਲ ਦੀ ਸ਼ਾਂਤੀ ਹੈ ਓਏ ਦਿਲ ਦੀ ਸ਼ਾਂਤੀ ਹੈ ਇਹ ਹਸਪਤਾਲ ਜਾ ਇੱਥੇ ਕੀ ਅੰਬ ਲੈਣ ਆਇਆ ਓਏ ਚਲਾ ਜਾ ਇੱਥੋਂ ਇਹ ਤੈਨੂੰ ਵੀ ਪਾ ਦਾਂਗੇ ਲੰਬਾ ਕਿੱਥੋਂ ਆ ਜਾਂਦੇ ਨੇ ਥਾਣੇ ਬਾਅਦ ਚ ਵੜਦੇ ਨੇ ਤੇ ਪਿਸ਼ਾਬ ਪਹਿਲਾਂ ਨਿਕਲਦਾ ਸਾਇਆਂ ਦਾ ਤੇ ਮੈਂ ਮਸਾਂ ਹੀ ਜਾਨ ਬਚਾ ਕੇ ਨਸਾ ਆਇਆ ਥਾਣੇ ਵਾਲਿਆਂ ਤੇ ਮੇਰੀ ਕਹਾਣੀ ਸੁਣੀ ਨੀ ਪਰ ਬਾਬਾ ਜੀ ਤੁਸੀਂ ਮੈਨੂੰ ਕਿਉਂ ਉਡੀਕਦੇ ਪਏ ਸੀ ਗੱਲ ਇਸ ਤਰ੍ਹਾਂ ਹੈ ਕਿ ਕੱਲ ਮਾਸਟਰ ਭਗਵਾਨ ਸਿੰਘ ਹੋਰਾਂ ਦੀ ਬੇਟੀ ਜਦੋਂ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਗੁੰਡਿਆਂ ਨੇ ਉਹਨੂੰ ਅਗਵਾ ਕਰ ਲਿਆ ਕਾਰ ਵਿੱਚ ਟੁੱਟ ਲਿਆ ਪਤਾ ਨਹੀਂ ਕਿੱਥੇ ਲੈ ਗਏ ਤੇ ਫਿਰ ਕੁਝ ਚਿਰ ਬਾਅਦ ਘਰ ਅੱਗੇ ਸੁੱਟ ਗਏ ਹੁਣ ਅਸੀਂ ਜਾਣਾ ਹੈ ਅਫਸਰਾਂ ਨੂੰ ਮਿਲਣਾ ਹੈ ਲੀਡਰਾਂ ਨੂੰ ਮਿਲਣਾ ਹੈ ਅੱਗੇ ਹੀ ਬੜੀ ਦੇਰ ਹੋ ਗਈ ਹੈ ਤੂੰ ਚੱਲ ਮੇਰੇ ਨਾਲ ਵੱਡਿਆਂ ਦੀ ਜਿਆਦਤੀ ਬਾਰੇ ਆਪਾਂ ਕੀ ਕਰ ਸਕਦੇ ਹਾਂ ਬਾਬਾ ਜੀ ਇਸੇ ਗੱਲ ਨੇ ਤਾਂ ਮੇਰੀ ਰਾਤਾਂ ਦੀ ਨੀਂਦ ਤੇ ਮਨ ਦੀ ਸ਼ਾਂਤੀ ਚੁਰਾਈ ਰੱਖੀ ਹੈ ਥਾਣੇ ਵਾਲਿਆਂ ਤੇ ਮੇਰੀ ਗੱਲ ਨਹੀਂ ਸੁਣੀ ਮੈਂ ਤੁਹਾਨੂੰ ਸੁਣਾਉਂਦਾ ਆਪਣੀ ਸਲੀਮਾ ਹੈ ਨਾ ਆਪਣੀ ਬਸਤੀ ਚ ਰਹਿੰਦੀ ਜਿਹੜੀ ਸਫੈਦੀਆਂ ਕਰਨ ਵਾਲੇ ਹਮੀਦ ਦੀ ਵਿਵਾਹ ਉਹਦੀ ਸੁਣ ਲਓ ਉਹ ਇਹਨਾਂ ਕਾਕਿਆਂ ਦੀ ਨਹੀਂ ਸਿਰਫ ਕਾਕਿਆਂ ਦੇ ਬਾਪ ਇੱਕ ਅਫਸਰ ਦੀ ਹਫਤਾ ਸ਼ਿਕਾਰ ਹੋਈ ਹੈ ਸਲੀਮਾ ਹਾਂ ਸਰ ਹਮੀਦ ਦਾ ਕੀ ਹਾਲ ਹੈ ਹੁਣ ਠੀਕ ਨਹੀਂ ਹੈ ਸਰ ਤੂੰ ਤਾਂ ਧਿਆਨ ਰੱਖਿਆ ਕਰ ਤੂੰ ਤਾਂ ਚੰਗੀ ਤਰ੍ਹਾਂ ਇਲਾਜ ਕਰਵਾ ਰਹੀ ਹੈ ਨਾ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੋਵੇ ਤਾਂ ਸ਼ਰਮਾਣਾ ਨਹੀਂ ਸਲੀਮਾ ਇਹ ਤੇਰਾ ਹੀ ਘਰ ਹੈ ਠੀਕ ਹੈ ਸਰ
बेडरूम की सफाई तो कर ली है ना सलीमा? हाँ साहब, सफाई तो कर ली है, पर तुहाडी ते बेगम साहबा की तस्वीर वेख के उन्हां दी बड़ी याद आई। हाँ सलीमा, जान वाले तो चले जाते पर पिछे अपनियां यादां छड़ जाते। मैथों हुण इकल्लापन बर्दाश्त नहीं हुंदा सलीमा। तू हमीद दा इलाज तो चंगी तरह करवा रही है ना? जी। सर, शेक हैंड, शेक हैंड, प्लीज शेक हैंड। गुड गाय, वेरी गुड। ओके, सलीमा बड़ी लेट हो गई है, सब ठीक है ना? हाँ साहब, पर दवाइयां दा खर्च बहुत वध गया, इसलिए काम वास्ते होर घर दी तलाश विच आ। सलीमा, तैनू किसे होर घर काम करन दी लोड़ ही की है? हमीद दे इलाज दा खर्चा मैं दे देंगा। सलीमा, बड़ी देर लगा दी चाह। आज बड़ी फबदी है तू। साहब, तुसी उत्थे जाके बैठो, मैं सब कुछ आपे कर लांगी। ठीक है। सलीमा के मोढ़े से खजान साहब की हमदर्दी का हाथ रहन लग पाया। सलीमा हर तरह की दवाइया खरीदने के काबिल हो गई। महंगे इलाज ने बाबा जी शुरू में तो कुछ फायदा किया, पर एक दिन हमीद दवाइया की जरूरत तो हमेशा हमेशा लिए आजाद हो गया। 10 दिन सलीमा कम से ना गई, 10 दिन बाद आ गई है। सलीमा, मैनू हमीद की मौत का बहुत अफसोस है, पर तू कम करेगी तो यह सदमा भुला सकेगी। काम तो साहब मैं दूजे दिन ही शुरू कर दिता सी। फिर इन्ने दिन इतने क्यों नहीं आई? साहब, अपना ढिड भरन लई थोड़े जे पैसों की लोड़ हुंदी है, ते वो थोड़े जे पैसे मैनू घर के नेड़े ही एक फ्लैट विच काम करके मिल जाते ने। हुण तुहाडे घर आउण ते काम करन दी लोड़ नहीं रही। सलीमा, तैनू किसे होर घर काम करन दी लोड़ ही की है? तू आ मेरे नाल। नहीं साहब, नहीं, तुहाडे घर काम करांगी तां बेडरूम विच भी जाना पएगा। जिस दे लई बेडरूम में जांदी सां।